ਮੈਂ ਨਾ ਛੋਟੇ ਹੁੰਦੇ ਸ਼ਾਏ ਬਹੁਤ ਹੁੰਦਾ ਸੀਗਾ ਤਾਂ ਡੈਡ ਹੋਣਾ ਨੂੰ ਹੁੰਦਾ ਸੀਗਾ ਵੀ ਯਾਰ ਸਾਡਾ ਪੜ੍ਹਾਈ 'ਚ ਵੀ ਨਹੀਂ ਹੈਗਾ ਅਤੇ ਇੰਟਰੋਵਰਟ ਵੀ ਇਹ ਜਾਊ ਕਿੱਧਰ ਨੂੰ। ਬਹੁਤ ਜ਼ਿਆਦਾ ਵੱਡਾ ਫੈਨ ਆ ਸਿਨੇਮਾ ਦਾ, ਮਤਲਬ ਉਹ ਭਾਵੇਂ ਬਾਲੀਵੁੱਡ ਹੋਵੇ, ਪਰ ਜ਼ਿਆਦਾ ਆਪਣਾ ਮੁਕਾਮ ਥੋੜ੍ਹਾ ਜਿਹਾ ਹੋਰ ਉੱਪਰ ਹੋਇਆ ਪੰਜਾਬੀ ਇੰਡਸਟਰੀ ਦਾ। ਮੈਨੂੰ ਲੱਗਦਾ ਅਸੀਂ ਸ਼ਹਿਰੀ ਆਡੀਅੰਸ ਆਪਣੇ ਨਾਲ ਜੋੜ ਲਈ, ਸਾਡੀਆਂ ਹਾਰਡ ਡਿਸਕਾਂ ਵੱਡੇ ਵੱਡੇ ਚੈਨਲਾਂ ਦੇ ਵਿੱਚ ਧੱਕੇ ਖਾਂਦੀਆਂ ਰਹੀਆਂ। ਸਾਡਾ ਚਲਾ ਦਿਓ ਤੁਸੀਂ, ਇੱਕ ਸੈਕਿੰਡ ਲਈ ਨਹੀਂ ਇੱਦਾਂ ਲੱਗਿਆ ਫਿਲਮ ਕਿਤੇ ਟੁੱਟੀ ਹੈ। ਡਰ ਡੈਡੀ ਦਾ ਘਰ 'ਚ ਜਾ ਰਿਹਾ, ਮੰਮੀ ਦਾ ਜਾ ਰਿਹਾ, ਸਕੂਲੋਂ ਕੰਪਲੇਂਟਾਂ ਆ ਗਈਆਂ, ਕਦੀ ਕੁਛ ਹੋ ਗਿਆ, ਇਹ ਜਿਹੀਆਂ ਚੀਜ਼ਾਂ ਤਾਂ ਪੈਂਦੀ ਰਹਿੰਦੀ ਸੀਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ। ਸਾਲ 2022 ਆ ਚੁੱਕਾ ਹੈ ਅਤੇ ਇਸ ਦੇ ਵਿੱਚ ਐਂਟਰਟੇਨਮੈਂਟ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ? ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਨਾ ਕਿ ਸਾਲ 2022 ਦੇ ਐਂਟਰਟੇਨਮੈਂਟ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ਦੇ ਵਿੱਚ ਹੇਟਰਸ ਕਰਨ ਵਾਲੀ ਹੈ, ਤਾਂ ਇੱਕ ਸ਼ਖਸ ਉਹਨਾਂ ਦੀ ਉਸੇ ਫਿਲਮ ਤੋਂ ਮੇਰੇ ਨਾਲ ਮੌਜੂਦ ਹੈ ਜਿਹਦੇ ਨਾਲ ਜ਼ਿੰਦਗੀ ਦੇ ਵਿੱਚ ਪਿਛਲੇ ਸਾਲ ਐਸਾ ਭਾਣਾ ਵੱਧ ਰਿਹਾ, ਮੈਂ ਕਹਿ ਸਕਦਾ ਕਾਮੇਡੀ ਛੱਡ ਕੇ ਉਹਨੂੰ ਐਕਸ਼ਨ ਵੱਲ ਆਉਣਾ ਪੈ ਗਿਆ ਹੈ। ਵਿਆਹ ਗਿਆ ਪੁਖਰਾਜ ਭੱਲਾ, ਤਾਂ ਕਹਿ ਸਕਦੇ ਮੈਰਿਡ ਪੁਖਰਾਜ ਭੱਲਾ ਇਜ਼ ਹੇਅਰ। ਵੀਰੇ ਵੈਲਕਮ ਟੂ ABP। ਥੈਂਕ ਯੂ ਸੋ ਮਚ ਭਵਨੀਤ ਵੀਰੇ, ਮੇਰੇ ਵੱਲੋਂ ਪੁਖਰਾਜ ਭੱਲਾ ਵੱਲੋਂ ਸਾਰੇ ABP ਸਾਂਝਾ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਲ ਚਾਲ ਨੇ? ਬਹੁਤ ਵਧੀਆ ਵੀਰੇ। ਹੈਪੀ ਨਿਊ ਈਅਰ ਪਹਿਲਾਂ ਤਾਂ ਹੈ ਨਾ? ਹੈਪੀ ਨਿਊ ਈਅਰ ਵੀਰੇ, ਹੈਪੀ ਨਿਊ ਈਅਰ ਜੀ। ਸਾਲ 2022 ਦੀ ਸ਼ੁਰੂਆਤ ਕਹਿੰਦੇ ਨਾ ਪੁਖਰਾਜ ਭੱਲਾ ਵੱਲੋਂ ਹੋ ਰਹੀ ਹੈ, ਅਤੇ ਇਸ ਵਾਰ ਕਾਮੇਡੀ ਨਹੀਂ ਹੋ ਰਹੀ ਬਲਕਿ ਐਕਸ਼ਨ ਵੀ ਹੈਗਾ ਅਤੇ ਕੁਛ ਥ੍ਰਿਲ ਵੀ ਹੈਗਾ, ਕਾਫੀ ਕੁਛ ਲੈ ਕੇ ਆ ਰਹੇ ਹੋ, ਇਹ ਕੀ ਵਿਆਹ ਤੋਂ ਬਾਅਦ ਬੰਦੇ ਦੀ ਕਾਮੇਡੀ ਮੁੱਕ ਜਾਂਦੀ ਆ ਕਹਿ ਸਕਦੇ ਹਾਂ ਜੀ? ਕਿਉਂਕਿ ਬੇਸਿਕਲੀ ਇੱਦਾਂ ਸੀਗਾ ਜੀ ਵੀ ਇਹ ਜੋਨਰ ਸੀਗਾ ਜਿਹੜਾ ਬਹੁਤ ਦੇਰ ਤੋਂ ਮੈਂ ਸੋਚ ਰਿਹਾ ਸੀਗਾ ਵੀ ਮੈਂ ਚਾਹ ਰਿਹਾ ਇਹ ਚੀਜ਼ ਕਰਨੀ, ਕਿਉਂਕਿ ਕਾਮੇਡੀ ਤਾਂ ਚਲੋ ਮੈਂ ਕਰ ਹੀ ਰਿਹਾ ਸੀਗਾ, ਜਾਂ ਯਾਰ ਡਿਗਰੀ 'ਚ ਕਹਿ ਲਓ, ਜਾਂ ਕੌਮਿਕ ਵੀ ਨਹੀਂ ਕਹਿ ਸਕਦੇ, ਬੇਸਿਕਲੀ ਸਟਲ ਕਰੈਕਟਰ ਜਿਹੜਾ ਡੇ ਟੂ ਡੇ ਲਾਈਫ ਦਾ ਜਿਹੜੀ ਗੱਲਾਂ ਦੇ ਵਿੱਚੋਂ ਕੌਮਿਕ ਨਿਕਲਦੀ ਹੈ। ਮੋਸਟਲੀ ਜਿਹੜੀ ਫਿਲਮਾਂ ਦਾ ਤੁਸੀਂ ਪਾਰਟ ਸੀ ਉਹ ਕਾਮੇਡੀ ਸੀ। ਜੀ 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 ਉਹ ਫਿਰ ਜਿਵੇਂ ਜੇ ਤੁਸੀਂ ਗੋਲਕ ਬੁਗਨੀ ਬੈਂਕ 'ਤੇ ਪਟੂਆ ਲਾ ਲਓ, ਜਾਂ ਤੁਸੀਂ ਅਫਸਰ ਲਾ ਲਓ, ਉਹ ਸਾਰੀਆਂ ਸੀਗੀਆਂ ਕੌਮੇਡੀ, RSVP ਸੀਗੀ। ਸੋ ਮੈਨੂੰ ਐਂ ਲੱਗਦਾ ਜਿਹੜੇ ਇੱਕ ਬੇਸਿਕਲੀ ਇਹ ਇੱਕ ਇਕੱਲੀ ਐਕਸ਼ਨ ਨਹੀਂ, ਇਹ ਥ੍ਰਿਲਰ, ਮਿਸਟਰੀ, ਸਸਪੈਂਸ ਅਤੇ ਐਕਸ਼ਨ ਦਾ ਇੱਕ ਇਕੱਠਾ ਸੁਮੇਲ ਆ ਹੇਟਰਸ। ਜਿੱਦਾਂ ਜਿਹੜਾ ਟ੍ਰੇਲਰ ਸਾਹਮਣੇ ਆਇਆ ਨਾ ਤਾਂ ਲਾਈਕ ਲੱਗ ਰਿਹਾ ਸੀ ਕਿ ਯਾਰ ਪਤਾ ਨਹੀਂ ਕੀ ਹੋਏਗਾ ਇਸ ਦੇ ਵਿੱਚ, ਲੇਕਿਨ ਟ੍ਰੇਲਰ ਜਿੱਦਾਂ ਜਿੱਦਾਂ ਅਨਫੋਲਡ ਹੁੰਦਾ ਤਾਂ ਪਤਾ ਲੱਗਦਾ ਕਿ ਬਹੁਤ ਸਾਰੀ ਲੇਅਰਿੰਗ ਹੈਗੀ ਹੈ ਇਹਦੇ ਵਿੱਚ, ਹੈ ਨਾ? ਤੁਸੀਂ ਦੋਸਤ ਦੀ ਗਰਲਫ੍ਰੈਂਡ ਫਸਾ ਲਈ, ਪਤਾ ਨਹੀਂ ਉਹਨੇ ਤੁਹਾਨੂੰ ਫਸਾਇਆ, ਹੁਣ ਇਹ ਦੇਖਣ ਵਾਸਤੇ ਸਾਰਿਆਂ ਜਾਣਾ ਪਏਗਾ, ਹੈ ਨਾ? ਵੈਸੇ ਬਟ ਕੀ ਹੈਗਾ ਇਹਦੇ ਵਿੱਚ ਜਿਹਨੇ ਤੁਹਾਨੂੰ ਹੁੱਕ ਕੀਤਾ ਕਿ ਨਹੀਂ ਯਾਰ ਮੈਨੂੰ ਇਹ ਕੈਰੈਕਟਰ ਵੀ ਕਰਨਾ ਚਾਹੀਦਾ ਅਤੇ ਇਹ ਫਿਲਮ ਵੀ ਲੋਕਾਂ ਨੂੰ ਜ਼ਰੂਰ ਐਂਟਰਟੇਨ? ਦੇਖੋ ਇੱਦਾਂ ਸੀਗਾ ਜੀ, ਜਿਹੜੀ ਜਦੋਂ ਕਿਉਂਕਿ ਸਾਡਾ ਦੋਸਤ ਹੀ ਆ ਭਿੰਦੀ ਤੋਲੋਵਾਲ, ਜਿਹਨੇ ਇਹਦੇ ਡਾਇਲੋਗਸ ਲਿਖੇ ਆ, ਜਿਹਨੇ ਮੈਨੂੰ ਸਟੋਰੀ ਨਰੇਟ ਕੀਤੀ ਸੀ ਬਾਈ ਨੇ, ਸਾਡੇ ਯਾਰ ਜਿਗਰੀ ਦੇ ਵਿੱਚ ਵੀ ਡਾਇਲੋਗ ਰਾਈਟਰ ਦੇ ਬਤੌਰ ਉਹਨਾਂ ਨੇ ਕੰਮ ਕੀਤਾ। ਇੱਦਾਂ ਸੀਗਾ ਜੀ, ਜਦੋਂ ਉਹਨਾਂ ਨੇ ਮੈਨੂੰ ਦੱਸੀ ਸੀਗੀ ਇਹ ਸਟੋਰੀ, ਤਾਂ ਮੈਨੂੰ ਸੀਗਾ ਵੀ ਮੈਂ ਇਹ ਚੀਜ਼ ਕਰਨੀ ਚਾਹੂੰਗਾ, ਕਿਉਂਕਿ ਸਟੋਰੀ ਇੱਕ ਤਾਂ ਹੁੰਦਾ ਵੀ ਬੰਦੇ ਨੂੰ ਹੁੰਦਾ ਵੀ ਹਾਂ ਸਮਝਦਾ ਬੰਦਾ, ਫਿਰ ਬੰਦਾ ਕਹਿੰਦਾ ਹਾਂ ਚਲੋ ਮੈਂ ਇੱਕ ਵਾਰੀ ਮੈਨੂੰ ਪੂਰਾ ਤੁਸੀਂ ਡਰਾਫਟ ਭੇਜ ਦਿਉ, ਮੈਂ ਪੜ੍ਹ ਕੇ ਫਿਰ ਦੱਸਦਾ। ਪਰ ਇਹ ਪਹਿਲੀ ਨਰੇਸ਼ਨ ਦੇ ਵਿੱਚ ਹੀ ਕੈਚੀ ਸੀਗਾ ਬਹੁਤ, ਇਹਦਾ ਜਿੰਨਾ ਪਲੋਟ ਸੀਗਾ, ਸੋ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ, ਕਿਉਂਕਿ ਜਦੋਂ ਬੰਦਾ ਇੱਕ ਲਗਾਤਾਰ ਕੰਮ ਕਰ ਰਿਹਾ ਹੁੰਦਾ, ਉਹ ਵੀ ਖਾਸ ਕਰ ਜ਼ਿਆਦਾਤਰ ਮੈਂ ਕਹਿ ਸਕਦਾ ਵੀ ਜ਼ਿਆਦਾ ਪਰਸੈਂਟੇਜ ਦੇ ਵਿੱਚ ਵੀ ਬੰਦਾ ਕੌਮੇਡੀ ਕਰ ਰਿਹਾ, ਤਾਂ ਉਦੋਂ ਮੈਨੂੰ ਲੱਗਿਆ ਵੀ ਇਹ ਚੀਜ਼, ਕਿਉਂਕਿ ਗ੍ਰੇ ਸ਼ੇਡ ਕਰਨਾ ਮੇਰਾ ਸ਼ੁਰੂ ਤੋਂ ਮੈਂ ਕਹਿ ਸਕਦਾ ਵੀ ਮੇਰਾ ਚਾਅ ਸੀਗਾ, ਜਾਂ ਮੈਨੂੰ ਇਹ ਚੀਜ਼ ਦਾ ਸੀਗਾ ਵੀ ਯਾਰ ਨਹੀਂ ਆਹ ਚੀਜ਼ ਕਰਨੀ ਹੈ। ਸੋ ਜਦੋਂ ਆਹ ਸਟੋਰੀ ਸੁਣਾਈ ਗਈ ਉਦੋਂ ਮੈਨੂੰ ਹੋ ਗਿਆ ਵੀ ਨਹੀਂ ਯਾਰ ਇਹਦਾ ਡੈਫੀਨੇਟਲੀ ਮੈਂ ਕਰਨੀ ਹੈ, ਕਿਉਂਕਿ ਕਰੈਕਟਰ ਜਿਹੜਾ ਸੀਗਾ ਉਹ ਮੇਰੇ ਟਾਈਪ ਦਾ ਸੀਗਾ ਵੀ ਮੈਂ ਆਹ ਚੀਜ਼ ਜਿਹੜੀ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਸੀਗਾ, ਸੋ ਉਹ ਮੈਨੂੰ ਹੇਟਰਸ ਦੇ ਵਿੱਚ ਮਿਲਿਆ। ਤੁਸੀਂ ਐਕਟਿੰਗ ਕਰਦੇ ਹੋ ਜਾਂ ਫਿਰ ਸ਼ੂਟ ਕਰਦੇ ਹੋ ਬਹੁਤ ਇੰਜੋਏ ਕਰਦੇ ਹੋਵੋਗੇ, ਮੈਨੂੰ ਪਤਾ ਕਿਉਂ ਫੀਲ ਆਉਂਦੀ ਇਹਦੇ ਪਿੱਛੇ ਰੀਜ਼ਨ ਇਹਦੇ ਵਿੱਚ ਹੈ ਕਿ ਪੁਖਰਾਜ ਜੈਸਾ ਰੀਅਲ ਲਾਈਫ ਦੇ ਵਿੱਚ ਹੈ ਨਾ, ਰੀਅਲ ਲਾਈਫ ਤੇ ਟੋਟਲੀ ਡਿਫਰੈਂਟ ਹੈ। ਜਦ ਮੈਂ ਪੁਖਰਾਜ ਨੂੰ ਕਦੇ ਮਿਲਿਆ ਨਹੀਂ ਸੀ, ਮੈਨੂੰ ਲੱਗਦਾ ਸੀ ਇਹ ਬੰਦਾ ਨਾ ਬੜਾ ਆਊਟਸਪੋਕਨ ਹੋਏਗਾ, ਬੜਾ ਐਕਸਟ੍ਰੋਵਰਟ ਹੋਏਗਾ, ਲੇਕਿਨ ਪੁਖਰਾਜ ਬਹੁਤ ਰਿਜ਼ਰਵਡ ਹੈ। ਇਹ ਸ਼ੁਰੂ ਤੋਂ ਐਸੇ ਹੋ ਕਿ ਵਕਤ ਨੇ ਕੀਆ ਕੋਈ ਸਿਤਮ? ਐਕਚੁਲੀ ਵੀਰੇ ਮੈਂ ਸ਼ੁਰੂ ਤੋਂ ਕਹਿ ਸਕਦੇ ਇੰਟਰੋਵਰਟ ਹੈਗਾ, ਕਿਉਂਕਿ ਮੈਂ ਨਾ ਛੋਟੇ ਹੁੰਦੇ ਸ਼ਾਏ ਬਹੁਤ ਹੁੰਦਾ ਸੀਗਾ, ਤਾਂ ਡੈਡ ਹੋਣਾ ਨੂੰ ਹੁੰਦਾ ਸੀਗਾ ਵੀ ਯਾਰ ਸਾਡਾ ਪੜ੍ਹਾਈ 'ਚ ਵੀ ਨਹੀਂ ਹੈਗਾ ਅਤੇ ਇੰਟਰੋਵਰਟ ਵੀ ਇਹ ਜਾਊ ਕਿੱਧਰ ਨੂੰ, ਕੀ ਕਰੂਗਾ ਇਹ? ਅਤੇ ਪਰ ਜਿਵੇਂ ਕਹਿ ਸਕਦੇ ਹਾਂ ਜੀ, ਜਿੱਦਾਂ ਲਿਖਿਆ ਹੁੰਦਾ ਵਾਹਿਗੁਰੂ ਨੇ ਉੱਦਾਂ
चल सो चल चल सो चल, मतलब मेरा हजे भी इदा भी जदों कैमरा रोल हो जाता उदू बाद नहीं फिर मैनू हुंदा भी लाउड करना थले करना मीडियम जा विचाले जा रखना, उदों मैनू हुंदा भी जिद्दां दा करैक्टर आ उस हिसाब नाल चक्की चलो फटे। रियल लाइफ दे विच मैनू आया भी मैं ऑबजरवर थोड़ा ज़्यादा है, इंट्रोवर्ट मैं हुन्ना थोड़ा जा, जिवें एक्सट्रोवर्ट हैगा मैं अपने सर्कल दे नाल, ते ओ पता नहीं शुरू तो आ मेरे च भी जिहड़े मेरे बहुत खास ने जिहड़े मेरे क्लोज ने उन्हां नाल तां पूरे भौंके आ जी ते जिहड़ा जदों किते बाहर आईदा जां जिवें अज आपां बैठे आ सो उदों मैनूं ऐ हुंदा वी थोड़ा एक चीज़ है क्योंकि जसविंदर भल्ला साहब उन्होंने असं बहुत दिल तो प्यार करते हैं, बहुत पुराने जानते हैं उन्होंने, क्योंकि ना जब लगता है कि भल्ला साहब का बेटा ना इस तरह का होएगा उसका पूरा उल्ट है, ये तुम्हें अक्सर सुनने को मिलता ये एक्चुअली कई हाँ कई कई जने ने मैंने कहा भी तुम भी जिमें फादर साहब इन्ने ओपनली गल करते हैं सारे नाल है ना भी सारिया चीज़ा बड़े ईजीली हैंडल करते हैं, हर गल का उन्हों को जवाब होंगे एक बड़े ही तुम कह सकते हो क्रिएटिव तरीके दे नाल, सो मैं लगता वो उस चीज़ वालों मैं थोड़ा जा शायद नहीं कह सकता भी हाँ थोड़ा घट बोलता उस चीज़ तो, पर जो गल आती है सिनेमे की क्योंकि मैं बहुत ज़्यादा वड्डा फैन हाँ सिनेमे का, मतलब वह भावें बॉलीवुड होवे वह भावें अपनी पंजाबी पंजाबी का तो मैं बहुत ही ज़्यादा ना क्योंकि मैं जेड़े मकाम ते इस टाइम नैटफ्लिक्स प्राइम या जिन्हें भी होर OTTs ने सारे का जिदा का कंटेंट आ रहा मैं अपनी पंजाबी इंडस्ट्री को उस मकाम ते देखना चाहना जेड़े जिदा दे सबजैक्ट्स उधर आ रहे हैं क्योंकि हजे अपने पंजाब दे विच इन्ने क ज़्यादा खुलने वाले ने जेड़े सबजैक्ट हजे खुले ही नहीं है, सो मैं लगता वो अनलॉक करने वाले ने ते उहदी पूरी ट्राई करते हैं, हेटर्स एक उस दा ट्राई है उस चीज़ का, सो क्योंकि हुण तां चलो कोविड दा रौला पिया होया इन्ने पिछले 1.5-2 साल तो मैनू ऐ सीगा भी जदों हुण भी जे लॉकडाउन खुलिया जदों तां मेरा हर फ्राइडे भावें जदों भी पंजाबी फिल्म लगती है मेरा फस्ट डे लास्ट शो मेरा पक्का हुंदा मेरे दोस्तों नाल क्योंकि मैनू भावें अंदरों पता हो भी यार ये फिल्म वधिया होगी नहीं होगी मैं तां वी देखनी देखनी है वो फिल्म, वो तो दो रीज़न ने वधिया होगी डेफिनेटली तुसीं सीखोगे है ना क्योंकि किन्नियां चीज़ां ने भी बंदा चलो तुसीं कोई चीज़ अच्छी किसी की ग्रैब कर लैंदा कोई डायरेक्शन चो कर लैंदा कोई राइटिंग चो कर लैंदा कोई एक्ट चो कर लैंदा कोई सिंगिंग चो कर लैंदा कोई कंपोजिशन चो कर लैंदा है ना कोई एडिट चो कर लैंदा, सो बहुत ऐसिया चीज़ा ने, माड़ी फिल्म होगी तुसीं 200% होर सीखोगे कि यह जी नहीं बनानी है ना, सो हर चीज़ तो मैं लगता तुसीं सीखते हो, पर मैं बहुत इस चीज़ नूं मानदा कि जिहड़ी अपनी पंजाबी ऑडियंस आ जिहड़ी शहरी ऑडियंस आ बेसिकली क्योंकि जिहड़ी पिंडां वाली ऑडियंस आ वह तो जाते ही जाते सीगे वह पहले ही ट्रालियां भर भर के जाते सी, पर ज़्यादा अपना मकाम थोड़ा जिहा होर उपर होया पंजाबी इंडस्ट्री का मैं लगता हुण असी साडा ये जित हुई है भी असी शहरी ऑडियंस अपने नाल जोड़ ली, जिनी शहरी जिवें तुसीं ला लो कस्बिया वाली या शहर वाली जिहड़ी ऑडियंस सीगी वह देखण ला ली असी, सो मैनूं लगता ये वधिया चीज़ है क्योंकि जिहड़े पंजाब दी ऑडियंस है जिहड़ी वह अजकल जदों कोई बॉलीवुड की फिल्म आउंदी आ तां जिहड़ी पंजाब दी ऑडियंस आ वह ये दिमाग दे विच रखदी है भी नहीं यार ये तो चल वो वाली आ पंजाबी दस कि लगी वह देख के आनी है है ना, सो ये मैं लगता अपनी काफ़ी वड्डी जित है पर हजे बहुत छोटी है जी इंडस्ट्री इन्हें बहुत ग्रो करना तो जिदा असी हेटर्स एक सबजैक्ट लैके आए हैं मैं लगता जे लोगों ने वाहगुरु कृपा रखे बहुत प्यार मिले तो जे असी इस प्रोजेक्ट के सफलता हासिल की इदा के बहुत सारे डिफरेंट डिफरेंट फ्रैश आइडियाज़ पे ने वो असी जरूर दर्शकों की झोली पावे। एक सोचने वाली गल है कि सिनेमा जिस तरह बदल रहा है लेकिन तुहाडे लई भी एक बदलाव वो सीगा कि जिहड़ी तुसीं डिजिटल दुनिया दे नाल लैके आए सी एंट्री है ना तुहानूं डिजिटल दुनिया तो बड़ा प्यार मिलिया तो लगता है कि उत्थे भी हुण पुखराज अगे नूं कितना कितना कुछ ना कुछ करता रहेगा जी 100% जी क्योंकि जिहड़ी डिजिटल आ मेरे हिसाब नाल देखो सारिआं दा
ਜਿਹੜਾ ਹੈਗਾ ਡਿਜੀਟਲ, ਅਤੇ ਹੁਣ ਤਾਂ ਬਹੁਤ ਚੀਜ਼ਾਂ ਆਉਣ ਲੱਗੀਆਂ ਹੋਰ। ਮੈਨੂੰ ਲੱਗਦਾ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ, ਅਸੀਂ ਆਏ ਹਜੇ, ਅਸੀਂ ਆਏ ਲੇਟ ਸੀਗੇ, ਤਾਂ ਵੀ 2018 ਦੇ ਵਿੱਚ ਆਏ ਸੀ ਆਰ ਜੀ ਗਰੀਬ ਸੁਤ ਡਿਗਰੀ ਲੈ ਕੇ। ਸੋ ਮੈਨੂੰ ਲੱਗਦਾ ਪਰ ਸਾਡੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ 2016 ਤੋਂ। ਸੋ 16 ਦੇ ਵਿੱਚ ਅਸੀਂ ਪਹਿਲਾ ਪਾਇਲਟ ਬਣਾਇਆ ਸੀਗਾ ਉਹਦਾ, ਉਹ ਖਾ ਕੇ ਫਿਰ ਸਾਲ ਡੇਢ ਸਾਡੀਆਂ ਹਾਰਡ ਡਿਸਕਾਂ ਵੱਡੇ ਵੱਡੇ ਚੈਨਲਾਂ ਦੇ ਵਿੱਚ ਧੱਕੇ ਖਾਂਦੀਆਂ ਰਹੀਆਂ, ਇਹ ਸਾਡਾ ਚਲਾ ਦਿਉ ਤੁਸੀਂ। ਉਹਨਾਂ ਨੂੰ ਪਸੰਦ ਆਉਂਦਾ ਸੀਗਾ, ਪਰ ਜਿੰਨੀ ਕੁ ਲਾਗਤ ਹੋਈ ਸੀ, ਕਿੱਡੀ ਕੁ ਲਾਗਤ ਹੋਣੀ ਸੀਗੀ ਉਹਦੇ 'ਤੇ ਪਹਿਲੇ ਸੀਜ਼ਨ 'ਤੇ, ਹੈ ਨਾ, ਕਿਉਂਕਿ ਸਾਰੀ ਉਹ ਬੇਸਿਕਲੀ ਪ੍ਰੋਫੈਸ਼ਨਲ ਪ੍ਰੋਡਕਸ਼ਨ ਨਹੀਂ ਸੀ, ਉਹ ਸਟੂਡੈਂਟ ਪ੍ਰੋਡਕਸ਼ਨ ਸੀ। ਸੋ ਅਸੀਂ ਸਾਰੇ ਪੜ੍ਹਦੇ ਸੀਗੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਦੋਂ ਬਣਾਇਆ ਸੀ ਉਹਨੂੰ, ਅਤੇ ਹੁਣ ਮੈਨੂੰ ਐਂ ਲੱਗਦਾ ਕਿ ਸਟੂਡੈਂਟ ਪ੍ਰੋਡਕਸ਼ਨ ਨੇ ਐਸਾ ਕਮਾਲ ਕਰਕੇ ਦਿਖਾਇਆ ਸੀ ਉਸ ਪ੍ਰੋਜੈਕਟ ਦੇ ਨਾਲ, ਕਿ ਵੱਡੇ ਵੱਡੇ ਜਿਹੜੇ ਪ੍ਰੋਫੈਸ਼ਨਲ ਪ੍ਰੋਡਕਸ਼ਨ ਸੀਗੀਆਂ ਵੀ ਉਹ ਪਿੱਛੇ ਛੱਡਤੀਆਂ ਸੀਗੀਆਂ। ਕੰਟੈਂਟ ਇਜ਼ ਅ ਕਿੰਗ, ਯੈਸ, ਹਮੇਸ਼ਾ ਹਮੇਸ਼ਾ ਜੀ, ਕਿਉਂਕਿ ਪਲੱਸ ਕੰਟੈਂਟ ਹੀ ਨਹੀਂ ਜੀ ਇਕੱਲਾ, ਜਿਹੜਾ ਸਾਡਾ ਬਾਈ ਆਰ ਐਪੀ ਜਿਹਨੇ ਯਾਰ ਜਿਗਰੀ ਲਿਖਿਆ ਸਟੋਰੀ, ਜਿਹਨੇ ਇਨੀਸ਼ੀਏਟ ਕੀਤੀ, ਜਿਹਨੇ ਡਾਇਰੈਕਟ ਕੀਤਾ, ਸਾਰਾ ਐਡਿਟ ਕੀਤਾ, ਤੁਸੀਂ ਦੇਖ ਸਕਦੇ ਹੋ ਹਰ ਚੀਜ਼। ਮੈਨੂੰ ਲੱਗਦਾ ਕਿਉਂਕਿ ਨਾ ਸਾਡੀ ਆਦਤ ਆ ਵੀ, ਮੈਂ ਤਾਂ ਹਜੇ ਫਿਰ ਵੀ ਥੋੜ੍ਹੀਆਂ ਘੱਟ ਦੇਖਦਾ ਹਾਲੀਵੁੱਡ ਇੰਗਲਿਸ਼ ਫਿਲਮਾਂ, ਪਰ ਸਾਡੀ ਜਿਹੜੀ ਟੀਮ ਹੈ ਰੈਬੀ ਹੋਣੀ, ਇਹ ਬਹੁਤ ਦੇਖਦੇ ਨੇ। ਸੋ ਜਿਹੜਾ ਸ਼ੂਟ ਦਾ ਸਟਾਈਲ ਹੁੰਦਾ ਨਾ, ਅਸੀਂ ਇਹ ਚਾਹੁੰਦੇ ਹੁੰਦੇ ਹਾਂ ਵੀ ਕੰਟੈਂਟ ਸਾਡਾ ਪੰਜਾਬ ਦਾ ਹੋਵੇ, ਅਤੇ ਜਿਹੜਾ ਸ਼ੂਟ ਦਾ ਸਟਾਈਲ ਆ, ਜਿਵੇਂ ਉਸ ਟਾਈਮ ਅਸੀਂ ਸੀਜ਼ਨ 1 ਦੇ ਵਿੱਚ ਬਹੁਤ ਐਸੇ ਸ਼ਾਟ ਸੀਗੇ ਜਿਹੜੇ ਅਸੀਂ 1 ਟੇਕ ਰੱਖੇ ਸੀ, ਵੱਡੇ ਵੱਡੇ, ਜਿਵੇਂ ਇੱਕ ਸੀਜ਼ਨ 1 ਦੇ ਵਿੱਚ ਐਪੀਸੋਡ 13 ਸੀ, ਉਹਦੇ ਵਿੱਚ ਸਾਡਾ 6.5 ਮਿੰਟ ਦਾ 1 ਟੇਕ ਦਾ ਸ਼ਾਟ ਸੀ। ਉਹ ਪੂਰਾ ਤੁਸੀਂ ਕਿਵੇਂ ਕੰਪੋਜ਼ ਕਰਨਾ, ਹੁਣ ਉੱਧਰੋਂ ਸੁਖਦੀਪ ਸਪਰਾ ਨਿਕਲਿਆ, ਉਹ 2 ਜਣਿਆਂ ਨੂੰ ਮਿਲਿਆ, 2 ਜਣੇ ਮਿਲ ਕੇ ਮੈਂ ਉੱਥੋਂ ਗਲਾਸ ਲੈ ਕੇ ਆਇਆ, ਗਲਾਸ ਲੈ ਕੇ ਬੈਠਾ, 2 ਕੁੜੀਆਂ ਆਈਆਂ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਇੱਧਰੋਂ ਉਹ ਗਈਆਂ, ਇੱਧਰੋਂ ਪ੍ਰਤੀਕ ਆ ਗਿਆ, ਇੱਧਰੋਂ ਕਰਨ ਆ ਗਿਆ, ਉੱਧਰੋਂ ਜੈਸਮੀਨ ਦੀ ਐਂਟਰੀ ਹੋਈ, ਉਹ ਸਾਰਾ ਜਿਵੇਂ ਤੁਸੀਂ ਇੱਕ ਕੰਪੋਜ਼ ਕਰਦੇ ਹੋ ਸਾਰਾ ਸ਼ਾਟ, ਉਹ ਮੈਨੂੰ ਲੱਗਦਾ ਇੱਕ ਬਹੁਤ ਹੀ ਡਿਫਰੈਂਟ ਚੀਜ਼ ਆ। ਉਹ ਨੋਰਮਲ ਆਡੀਅੰਸ ਤਾਂ ਚਲੋ ਫਨ ਕਰਦੀ ਆ ਦੇਖ ਕੇ, ਹੈ ਨਾ, ਬਟ ਇਹ ਜਿਹੜਾ ਟੈਕਨੀਕਲ ਜਿਹੜੀਆਂ ਚੀਜ਼ਾਂ ਆਸਪੈਕਟਸ ਹੁੰਦੇ ਨੇ, ਇਹ ਮੈਨੂੰ ਲੱਗਦਾ ਇੱਕ ਜਿਹੜਾ ਮੇਕਰ ਆ ਉਹ ਦੇਖਦਾ, ਅਤੇ ਜਦੋਂ ਇੱਕ ਮੇਕਰ ਦੂਜੇ ਮੇਕਰ ਦੀ ਤਾਰੀਫ ਕਰਦਾ ਤਾਂ ਮੈਨੂੰ ਲੱਗਦਾ ਉਹ ਬਹੁਤ ਵੱਡਾ ਕੰਪਲੀਮੈਂਟ ਹੁੰਦਾ। ਇਹ ਚੀਜ਼ ਹੈਗੀ ਹੈ ਕਿ ਜਦੋਂ ਆਪਾਂ ਦਿਲ ਨਾਲ ਕੁਛ ਬਣਾਉਂਦੇ ਹਾਂ ਤਾਂ ਉਹ, ਜਿਵੇਂ ਤੁਸੀਂ ਕਿਹਾ ਕਿ ਇਹ ਕੋਨਸੈਪਟ ਹੇਟਰਸ ਵੀ ਲਾਈਕ, ਤੁਸੀਂ ਦਿਲ ਤੋਂ ਕਰਨਾ ਚਾਹੁੰਦੇ ਸੀ ਕੁਛ ਵੱਖਰਾ, ਆਪਾਂ ਸ਼ਹਿਰੀ ਆਡੀਅੰਸ ਨੂੰ ਵੀ ਜੋੜੀਏ, ਠੀਕ ਹੈ, ਆ ਤੁਹਾਡੇ ਯਾਰ ਜਿਹੜੇ ਨੇ, ਠੀਕ ਹੈ, ਇਹ ਕਿੰਨੇ ਕੁ ਸ਼ਹਿਰੀ ਅਤੇ ਕਿੰਨੇ ਕੁ ਪੇਂਡੂ ਨੇ? ਦੇਖੋ ਜਿਹੜੇ ਯਾਰ ਨੇ ਜੀ, ਉਹ ਤਾਂ ਸਾਰੇ ਮੈਨੂੰ ਲੱਗਦਾ ਦੇਖਦੇ ਇੰਗਲਿਸ਼ ਫਿਲਮਾਂ ਨੇ, ਦੇਖਦੇ ਇੰਗਲਿਸ਼ ਨੇ, ਭਾਵੇਂ ਆਡੀਓ ਚੇਂਜ ਕਰ ਲੈਣ ਉਹਦੀ, ਪਰ ਇੱਦਾਂ ਹੈ ਜੀ, ਕਿਉਂਕਿ ਜਿਹੜਾ ਸਾਡਾ ਹਿਸਾਬ ਕਿਤਾਬ ਆ ਉਹ ਸਾਡਾ ਜ਼ਿਆਦਾਤਰ ਜਿੱਦਾਂ ਹੈਗਾ ਸਾਡਾ ਮਾਲਵੇ ਬੈਲਟ ਵਾਲਿਆਂ ਸੀ, ਅਤੇ ਉਹਦੇ 'ਚੋਂ ਕਈ ਹੈਗੇ ਆ ਜਿਵੇਂ ਕਰਨ ਸੰਧਾਲੀਆ, ਉਹ ਦੁਆਬੇ ਬੈਲਟ ਦਾ। ਸੋ ਜਦੋਂ ਉਹ ਮੈਨੂੰ ਕਰਨ ਕਹਿੰਦਾ ਹੁੰਦਾ ਕਈ ਵਾਰੀ, ਅਸੀਂ ਹੱਸਦੇ ਹੁੰਦੇ ਹਾਂ, ਉਹ ਕਹਿੰਦਾ ਯਾਰ ਮੈਂ ਰਹਿੰਦਾ ਤੁਹਾਡੇ ਕੋਲ ਹਾਂ ਮਾਲਵੇ 'ਚ, ਜੰਮਿਆ ਕਹਿੰਦਾ ਮੈਂ ਦੁਆਬੇ 'ਚ, ਨਾਨਕੇ ਮੇਰੇ ਮਾਝੇ ਨੇ, ਕਹਿੰਦਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਹੋਰ ਹੀ ਬੋਲੀ ਦਾ ਹੋਇਆ ਪਿਆ ਮੇਰਾ ਤਾਂ ਕੁਛ। ਸੋ ਜਦੋਂ ਆਹ ਚੀਜ਼ਾਂ, ਕਿਉਂਕਿ ਜਦੋਂ ਅਸੀਂ ਪੜ੍ਹ ਵੀ ਰਹੇ ਸੀਗੇ, ਜਦੋਂ ਸ਼ੂਟ ਚੱਲ ਰਹੀ ਸੀ, ਉਦੋਂ ਵੀ ਸਾਡੇ ਕਈ ਕਰੈਕਟਰ ਇੱਦਾਂ ਸੀਗੇ ਜਿਹੜੇ ਅੱਡ ਅੱਡ ਬੈਲਟਸ ਤੋਂ ਸੀਗੇ। ਸੋ ਮੈਨੂੰ ਲੱਗਦਾ ਜਦੋਂ ਸਾਰਾ ਇਕੱਠਾ ਇੱਕ ਕੋਂਬੀਨੇਸ਼ਨ ਬਣਦਾ, ਜਿਵੇਂ ਹੇਟਰਸ ਦੇ ਵਿੱਚ ਵੀ ਤੁਸੀਂ ਲਾ ਲਓ, ਡਿਫਰੈਂਟ ਡਿਫਰੈਂਟ ਕੈਰੈਕਟਰਸ ਜਦੋਂ ਇੱਕੋ ਸਕਰੀਨ ਦੇ ਉੱਤੇ ਸ਼ੇਅਰ ਕਰਦੇ ਨੇ, ਤਾਂ ਓਨਾ ਹੀ ਮਸਾਲਾ ਮਿਲਦਾ ਤੁਹਾਨੂੰ, ਅਤੇ ਓਨੀ ਹੀ ਅੱਡ ਅੱਡ ਬੈਲਟਸ ਦੀ ਆਡੀਅੰਸ ਤੁਹਾਡੇ ਨਾਲ ਕਨੈਕਟ ਕਰਦੀ ਆ। ਕਿਉਂਕਿ ਮਾਲਵੇ ਦੀ ਬੈਲਟ ਨੂੰ ਲੱਗੂਗਾ ਵੀ ਯਾਰ ਆ ਮੇਰੇ ਵਾਂਗੂ ਬੋਲਦਾ, ਜਿਵੇਂ ਹੁਣ ਅਸੀਂ ਲੁਧਿਆਣੇ ਵਾਲੇ ਹਾਂ, ਜਿਵੇਂ ਜਾਂ ਤੁਸੀਂ ਗਿੱਪੀ ਬਾਈ ਲਾ ਲਓ, ਅਸੀਂ ਪਹਿਲਾਂ ਕਰਦੇ ਹੁੰਦੇ ਸੀਗੇ ਵੀ ਜਾਂ ਜਿਵੇਂ ਬੋਲਣ ਲੱਗਿਆ ਵੀ ਕੀ ਕਰਦਾ ਵਾ, ਵਾਹ ਬਹੁਤ ਲਾਉਂਦੇ ਆ ਅੰਮ੍ਰਿਤਸਰ ਵਾਲੇ, ਉਹ ਵੀ ਚੱਲ ਗਾਂ ਚੱਲ, ਆਪਾਂ ਕਹਿੰਦੇ ਹਾਂ ਗਾਂ ਚੱਲ, ਉਹ ਕਰਦੇ ਆ ਚੱਲ ਗਾੜੀ ਹੋ, ਹੁਣ ਆਹ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਇੱਦਾਂ ਦੇ ਛੋਟੇ ਛੋਟੇ ਵਰਡ ਨਾ ਅੱਡ ਅੱਡ ਬੈਲਟਸ ਦੇ ਬੰਦਿਆਂ ਨੂੰ, ਅੱਡ ਅੱਡ ਬੈਲਟਸ ਦੀ ਆਡੀਅੰਸ ਨੂੰ ਕਨੈਕਟ ਕਰਦੇ ਨੇ ਬਹੁਤ ਜ਼ਿਆਦਾ। ਸੋ ਕੋਸ਼ਿਸ਼ ਕਰਦੇ ਹਾਂ ਜੀ, ਤੁਹਾਡੇ ਗਰੁੱਪ ਦੇ ਵਿੱਚ ਸਾਰਾ ਮਿਸ਼ਰਣ ਹੈਗਾ, ਇਸੇ ਕਰਕੇ ਤੁਸੀਂ ਸਾਰਿਆਂ ਨੂੰ ਕਨੈਕਟ ਕਰ। ਜੀ 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 ਕਹਿ ਸਕਦੇ ਹਾਂ ਜੀ। ਅਤੇ ਐਕਚੁਅਲੀ ਹੁਣ ਜਿਵੇਂ ਜੇ ਹੇਟਰਸ ਦੀ ਗੱਲ ਕਰੀਏ, ਅਸੀਂ ਇੱਕ ਮਤਲਬ ਇਹਦਾ ਬੈਸਟ ਪਾਰਟ, ਜਿਵੇਂ ਹੁਣ ਤੁਸੀਂ ਕੰਟੈਂਟ ਦੀ ਗੱਲ ਕੀਤੀ ਸੀਗੀ, ਤਾਂ ਮੈਨੂੰ ਐਂ ਲੱਗਦਾ ਸੀਗਾ ਵੀ ਇੰਗਲਿਸ਼ ਫਿਲਮਾਂ ਇੱਦਾਂ ਦੀਆਂ ਕਾਫੀ ਦੇਖੀਆਂ ਨੇ ਵੀ ਜਿਹੜੀਆਂ ਤੁਹਾਨੂੰ ਲੱਗਦਾ ਵੀ ਯਾਰ
ਆਹ ਚੀਜ਼ ਕਾਫੀ ਅੱਛੀ ਆ, ਹੈ ਨਾ। ਇਹ ਇਹ ਚੀਜ਼ ਸਾਡੇ ਸਾਡੀ ਇੰਡਸਟਰੀ ਦੇ ਵਿੱਚ ਵੀ ਆਹ ਚੀਜ਼ ਹੋਣੀ ਚਾਹੀਦੀ। ਹੁਣ ਜਿਵੇਂ ਆਹ ਤੁਸੀਂ ਲਾ ਲਓ ਸਾਡੀ ਹੇਟਰਸ, ਇੱਕ ਰਾਤ ਦੀ ਸਟੋਰੀ ਆ ਸਾਰੀ ਇਹ, ਤੇ ਉਹਦੇ ਵਿੱਚ ਅੱਗੋਂ ਡਿਫਰੈਂਟ ਡਿਫਰੈਂਟ ਚੰਕਸ ਨੇ ਵੀ ਕੀ ਹੁੰਦਾ। ਸੋ ਇਹਦੇ ਵਿੱਚ ਬੰਦੇ ਨੂੰ ਧੁੜਕੂ ਲੱਗਿਆ ਰਹਿੰਦਾ ਵੀ ਯਾਰ ਇਹਨੇ ਹੁਣ ਤਾਂ ਆ ਗਿਆ ਸੀ, ਇਹ ਇਹਦੇ ਨਾਲ ਕਿਵੇਂ ਆ ਗਿਆ, ਅੱਛਾ ਹੁਣ ਅੱਛਾ ਇਹ ਇਹਦੇ ਨਾਲ ਮਿਲ ਗਿਆ, ਤੇ ਉਹ ਕੀ ਸੀ ਫਿਰ ਜਿਹੜਾ ਪਹਿਲਾਂ ਹੋਇਆ ਸੀ। ਮਤਲਬ ਆਹ ਚੀਜ਼ਾਂ ਬਹੁਤ ਨੇ। ਸੋ ਇਹ ਬੰਦੇ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਫਿਲਮ 'ਚ ਇੱਕ ਵੀ ਗਾਣਾ ਨਹੀਂ, ਤੇ ਜਦੋਂ ਫਿਲਮ ਚੱਲਦੀ ਹੈ 1 ਘੰਟੇ 40 ਮਿੰਟ ਦੀ ਫਿਲਮ ਜਦੋਂ ਚੱਲਦੀ ਹੈ ਕਿਤੇ ਵੀ, ਜਦੋਂ ਅਸੀਂ ਪ੍ਰੀਵਿਊ ਲਿਆ ਹੁਣ 1 ਸੈਕਿੰਡ ਲਈ ਨਹੀਂ ਇੱਦਾਂ ਲੱਗਿਆ ਫਿਲਮ ਕਿਤੇ ਟੁੱਟੀ ਹੈ, ਕਿਤੇ ਡਾਊਨ ਗਈ ਹੈ, ਗ੍ਰਿਪ ਉਹਦੀ ਢਿੱਲੀ ਹੋ ਗਈ, ਫਿਲਮ ਲੂਜ਼ ਸਕਰੀਨ ਪਲੇ ਸੀਗਾ, ਪੂਰੀ ਤੁਹਾਨੂੰ ਬੰਨ ਕੇ ਰੱਖਦੀ ਆ, ਖਿੱਚ ਕੇ ਰੱਖਦੀ ਆ ਪੂਰੀ। ਤੁਹਾਨੂੰ ਵੀ ਤਾਂ ਭੱਲਾ ਸਾਹਿਬ ਨੇ ਪੂਰਾ ਖਿੱਚ ਕੇ ਰੱਖਿਆ ਹੋਇਆ ਨਾ। ਤੁਹਾਨੂੰ ਪਤਾ ਜਦ ਤੁਹਾਡਾ ਡੈਬਿਊ ਹੋਣਾ ਸੀ ਨਾ, ਉਸ ਤੋਂ ਪਹਿਲਾਂ ਭੱਲਾ ਸਾਹਿਬ ਨੇ ਜਦ ਵੀ ਮਿਲਣਾ, ਈਵਨ ਸਾਡੇ ਇੰਟਰਵਿਊਜ਼ ਦੇ ਵਿੱਚ ਵੀ, ਉਹਨਾਂ ਨੂੰ ਹਮੇਸ਼ਾ ਹੁੰਦੀ ਸੀ ਐਕਸਾਈਟਮੈਂਟ ਕਿ ਨਹੀਂ, ਕਹਿੰਦੇ ਪੁਖਰਾਜ ਦੀ ਫਿਲਮ ਆ ਰਹੀ ਹੈ, ਪੁਖਰਾਜ ਦੀ ਫਿਲਮ, ਉਹਨਾਂ ਨੇ ਹਮੇਸ਼ਾ ਕਹਿਣਾ, ਹੈ ਨਾ। ਬਟ ਹਾਊਜ਼ ਯੋਰ ਰਿਲੇਸ਼ਨ, ਕਿੰਨਾ ਕੁ ਡਾਂਟਦੇ ਨੇ, ਡਰ ਡੈਡੀ ਦਾ ਘਰ 'ਚ ਜ਼ਿਆਦਾ, ਮੰਮੀ ਦਾ ਜ਼ਿਆਦਾ? ਨਹੀਂ ਦੇਖੋ, ਡਰ ਤਾਂ ਓਬਵੀਅਸਲੀ ਜਿਹੜਾ ਫਾਦਰ ਦਾ ਇੱਕ ਬਣਿਆ ਹੁੰਦਾ ਉਹ 100% ਹੈਗਾ, ਪਰ ਕਿੰਨੇ ਸਟ੍ਰਿਕਟ ਹੈਗੇ ਨੇ ਐਕਚੁਅਲੀ ਉਹ? ਨਹੀਂ ਸਟ੍ਰਿਕਟ ਨਹੀਂ ਹੈਗੇ, ਨਹੀਂ 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 ਬਹੁਤ ਫਰੈਂਡਲੀ ਰਿਲੇਸ਼ਨ ਆ ਸਾਡਾ। ਹਰ ਕੋਈ ਵੀ ਪ੍ਰੋਜੈਕਟ ਕਰਨਾ ਹੁੰਦਾ ਉਹਨਾਂ ਨਾਲ ਮੈਂ ਡਿਸਕਸ ਕਰਦਾ, ਜਿਹੜਾ ਉਹਨਾਂ ਨੇ ਕਰਨਾ ਹੁੰਦਾ ਉਹ ਮੇਰੇ ਨਾਲ ਕਰਦੇ ਨੇ। ਸੋ ਇੱਕ ਬਹੁਤ ਹੀ ਜ਼ਿਆਦਾ ਪਿਆਰ ਵਾਲਾ ਰਿਲੇਸ਼ਨ ਆ ਸਾਡਾ, ਅਤੇ ਜਦੋਂ ਕੋਈ ਵੀ ਮਤਲਬ ਜਿਹੜੀ ਗੱਲ ਤੇ ਡਾਂਟ ਐਕਚੁਅਲੀ ਤਾਂ ਸਕੂਲਾਂ ਸਕਾਲਾਂ ਜਿਹੜੀ ਪੈਣੀ ਸੀ ਪੈ ਘੁੱਟ ਪਈ ਹੈ ਵੈਸੇ, ਸੱਚੀ ਦੱਸਿਓ, ਲਾਈਕ ਇੱਕ ਜਿਹੜੀ ਕਹਿੰਦੇ ਨਾ, ਇੱਕ ਕਹਿੰਦੇ ਰਗੜਾ ਲੱਗਿਆ ਹੁੰਦਾ ਆ, ਪਈ ਹੋਣੀ ਆ ਛੋਟੇ ਹੁੰਦੇ, ਪੱਕਾ ਪਈ ਹੋਣੀ ਆ, ਅੱਛਾ ਇੱਦਾਂ ਦੀ ਦੇਖ ਪਈ ਹੋਣੀ ਆ, ਯਾਦ ਨਹੀਂ ਹੈ ਯਾਰ, ਰਗੜਾ ਨਹੀਂ ਲੱਗਿਆ ਜੇ ਯਾਦ ਨਹੀਂ ਹੈ ਤਾਂ। ਐਕਚੁਅਲੀ ਇੱਦਾਂ ਸੀਗਾ, ਮੈਨੂੰ ਕਦੀ, ਮੈਂ ਬਹੁਤ ਛੋਟਾ ਹੋਊਂਗਾ, ਮੈਂ ਉਸ ਤੋਂ ਬਾਅਦ ਕਦੇ ਕਰਦੇ ਨੇ ਇੱਦਾਂ ਕੁੱਟਿਆ ਕੱਟਿਆ ਤਾਂ ਨਹੀਂ ਹੈਗਾ, ਪਰ ਕਈ ਵਾਰੀ ਸਕੂਲੋਂ ਕੰਪਲੇਂਟਾਂ ਆ ਗਈਆਂ, ਕਦੀ ਕੁਛ ਹੋ ਗਿਆ, ਇਹ ਜਿਹੀਆਂ ਚੀਜ਼ਾਂ ਤਾਂ ਪੈਂਦੀ ਰਹਿੰਦੀ ਸੀਗੀ। ਹੁਣ ਸਾਲ 2022 ਦੇ ਲਈ ਪੁਖਰਾਜ ਵੱਲੋਂ ਵੈਸੇ ਕੀ ਕੁਛ ਹੈਗਾ ਜੋ ਪੇਸ਼ ਕੀਤਾ ਜਾਣ ਲਈ ਤਿਆਰ ਹੈ? ਸੋ ਜੈਨ ਦੇ ਵਿੱਚ ਆ ਰਹੀ ਹੈ ਜੀ ਹੇਟਰਸ 7 ਨੂੰ, ਫੈਬ ਦੇ ਵਿੱਚ ਅਸੀਂ ਪਲੈਨ ਕਰ ਰਹੇ ਜੀ ਮਾਹੀ ਮੇਰਾ ਨੈਕਾ ਜਿਹਾ, ਉਹ ਫਿਲਮ ਅਸੀਂ ਜਲਦੀ ਅਨਾਊਂਸ ਕਰਾਂਗੇ ਜੀ ਵੀ ਉਹ ਕਦੋਂ ਆਊਗੀ। ਤੇਰੀਆਂ ਮੇਰੀਆਂ ਹੇਰਾ ਫੇਰੀਆਂ ਉਹ ਬਣੀ ਪਈ ਆ ਜੀ ਸਾਡੀ, ਬਟ ਉਹ ਹੁਣ ਕੋਵਿਡ ਕਰਕੇ ਕਦੀ ਅੱਗੇ ਹੋ ਜਾਂਦੀ ਹੈ, ਕਦੀ ਫਿਰ ਪਿੱਛੇ ਹੋ ਜਾਂਦੀ ਆ। ਹੁਣ ਉਹਦੀ ਡੇਟ, ਉਹ ਫਿਰ ਹੁਣ ਮੇਰੀਆਂ 3 ਫਿਲਮਾਂ ਜੇ ਸਾਰਾ ਕੁਝ ਸਹੀ ਰਿਹਾ, ਓਕੇ ਰਿਹਾ, ਤਾਂ ਬੈਕ ਟੂ ਬੈਕ ਨੇ ਜੀ, ਜਨਵਰੀ ਦੇ ਵਿੱਚ ਹੇਟਰਸ, ਫੈਬ ਦੇ ਵਿੱਚ ਮਾਹੀ ਮੇਰਾ ਨਿੱਕਾ ਜਿਹਾ, ਮਾਰਚ ਦੇ ਵਿੱਚ ਤੇਰੀਆਂ ਮੇਰੀਆਂ ਹੇਰਾ ਫੇਰੀਆਂ। ਪਹਿਲੇ 3 ਮਹੀਨੇ ਪੈਕਡ ਨੇ, ਬਸ ਕਰੋਨਾ ਦੀ ਜਿਹੜੀ ਹੈਗੀ ਹੈ ਉਹ ਆਫਤ ਜਿਹੜੀ ਹੈਗੀ ਉਹ ਟਲਦੀ ਜਾਵੇ, ਹੈ ਨਾ। ਕੀ ਬਾਤ ਹੈ, ਅਤੇ ਹੋਰ ਕੁਛ ਐਸਪੀਰੇਸ਼ਨਸ ਹੈਗੀਆਂ ਨੇ ਇਸ ਸਾਲ ਦੇ ਲਈ? ਕੋਈ ਰੈਜੋਲਿਊਸ਼ਨ ਟਾਈਪ ਬਣਾਇਆ ਹੈ ਕਿ ਘਰ ਵਾਲੀ ਨੇ ਬਣਵਾ ਤਾ ਇੱਕ ਅੱਧਾ? ਰੈਜੋਲਿਊਸ਼ਨ ਇਹੀ ਹੈ ਜੀ ਵੀ ਕੰਮ ਜਿਹੜਾ ਹੈਗਾ ਉਹ ਕੰਸਿਸਟੈਂਸੀ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਿੰਨਾ ਵਧੀਆ ਜਿੰਨਾ ਨੈਚੁਰਲ ਕਰ ਸਕੀਏ ਉਨਾ ਕਰਾਂਗੇ। ਬਾਕੀ ਨਾਲ ਦੀ ਨਾਲ ਮੇਰੀ ਅਤੇ ਕਰਨ ਸੰਧਾ ਵਾਲੀ ਹੈ ਸਾਡੇ ਦੋਨਾਂ ਦੀ, ਅਸੀਂ ਇੱਕ ਐਲਬਮ ਪਲੈਨ ਕੀਤੀ ਹੋਈ ਹੈ, ਅਤੇ ਐਲਬਮ ਦੇ ਨਾਲ ਨਾਲ ਫਿਰ ਯਾਰ ਜਿਗਰੀ ਕਸੂਤੀ ਡਿਗਰੀ ਹੈ ਜੀ, ਉਹਦਾ 3rd ਸੀਜ਼ਨ, ਉਹ ਵੀ ਤੁਹਾਨੂੰ ਇਸ ਸਾਲ ਦੇਖਣ ਨੂੰ ਮਿਲ ਜੂਗਾ ਮੋਸਟ ਪ੍ਰੋਬੇਬਲੀ। ਸ਼ੁਰੂ ਹੋ ਗਿਆ ਕਿ ਹਲੇ ਲਿਖ ਲਿਆ? ਉਹਦਾ 30% ਹੋਇਆ ਹੋਇਆ, ਜਦੋਂ ਅਸੀਂ ਸੀਜ਼ਨ 2 ਕਰ ਰਹੇ ਸੀ ਉਹਦੇ ਨਾਲ ਹੀ ਕਰ ਲਿਆ ਸੀ, 30% ਹੋਇਆ ਹੋਇਆ, ਅਤੇ 70% ਹਜੇ ਰਹਿੰਦਾ, ਕਿਉਂਕਿ ਕਈ ਕੁਛ ਜਦੋਂ ਤੁਸੀਂ, ਤੁਹਾਨੂੰ ਟਾਈਮ ਹੋ ਜਾਂਦਾ ਸ਼ੂਟ ਕੀਤੇ ਨੂੰ, ਫਿਰ ਤੁਸੀਂ ਬਹੁਤ ਚੀਜ਼ਾਂ ਚੇਂਜ ਵੀ ਕਰ ਲੈਂਦੇ ਹੋ, ਇਹਦੇ 'ਚ ਆਹ ਐਡ ਕਰ ਦਿਉ, ਉਹ ਸੀਨ ਕੱਟ ਦਿਉ, ਉਹ ਚੀਜ਼ਾਂ ਬਹੁਤ ਹੋ ਜਾਂਦੀਆਂ। ਸੋ ਉਹਦੇ ਹਿਸਾਬ ਨਾਲ ਕੁਛ ਸੀਨ ਵੱਡੇ ਕੀਤੇ ਨੇ, ਕਿਉਂਕਿ ਦਰਸ਼ਕਾਂ ਦੀ ਸ਼ੁਰੂ ਤੋਂ ਡਿਮਾਂਡ ਰਹੀ ਹੈ, ਰੋਸਾ ਰਿਹਾ ਇਸ ਗੱਲ ਦਾ ਵੀ ਤੁਸੀਂ ਛੋਟੇ ਬਣਾਉਂਦੇ ਹੋ ਐਪੀਸੋਡ ਬਹੁਤ, ਜਦੋਂ ਇੰਟਰਸਟ ਪੂਰਾ ਬਿਲਡਅਪ ਪੀਕ 'ਤੇ ਪਹੁੰਚਿਆ ਹੁੰਦਾ ਉੱਥੇ ਤੁਸੀਂ ਖਤਮ ਕਰ ਦਿੰਦੇ ਲਿਆ ਕੇ। ਸੋ ਮੈਨੂੰ ਲੱਗਦਾ ਪਰ ਇਹੀ ਕਲਿਫ ਹੈਂਗਰ ਹੁੰਦਾ ਜੀ, ਜੀ ਇਹੀ ਕਲਿਫ ਹੈਂਗਰ ਹੈ ਜੀ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਆਪਣੇ ਕੰਮ ਦੇ ਨਾਲ ਸਾਰਿਆਂ ਦਾ ਦਿਲ ਜਿਹੜਾ ਹੈਗਾ ਉਹ ਖਿੱਚਦੇ ਰਹੀਏ ਆਪਣੇ ਵੱਲ, ਅਤੇ ਉਮੀਦ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਵੀ 7 ਜਨਵਰੀ ਨੂੰ ਸਾਡੀ ਹੇਟਰਸ ਨੂੰ ਬਹੁਤ ਸਾਰਾ ਪਿਆਰ ਦੇਣਗੇ। ਅਸੀਂ ਉਮੀਦ ਕਰਦੇ ਹਾਂ ਭਾਅ ਜੀ ਕਿ ਸਭ ਕੁਝ ਬਹੁਤ ਚੰਗਾ ਰਹੇ 2022, ਜਿਵੇਂ 2021 'ਚ ਕੁਛ ਹੋਇਆ ਤੁਹਾਡੇ ਨਾਲ ਉਹਦਾ ਅਸਰ ਪੂਰੀ ਜ਼ਿੰਦਗੀ ਬਣਿਆ ਰਹੇ, ਠੀਕ ਹੈ।
ਅਸਰ ਰਹਿਣ ਨਹੀਂ ਦਿੰਦੇ ਉਹਦਾ ਉਹਦਾ ਹੈਗਾ ਜੀ ਹੈਂਗਓਵਰ ਹਜੇ ਹੈਂਗਓਵਰ ਇੱਦਾਂ ਹੀ ਚੜਿਆ ਰਹੇ ਸੀ ਆਈ ਉਮੀਦ ਕਰਦੇ ਹਾਂ ਤੇ ਫਿਲਮਾਂ ਦਾ ਹੈਂਗਓਵਰ 7 ਜਨਵਰੀ ਨੂੰ ਸ਼ੁਰੂ ਹੋ ਰਿਹਾ ਜੀ ਇਸ ਸਾਲ ਦੀ ਪਹਿਲੀ ਪੰਜਾਬੀ ਫਿਲਮ ਹੇਟਰ ਸਿਨੇਮਾ ਘਰ ਅੱਜ ਪਹੁੰਚ ਰਹੀ ਹੈ ਕਾਮੇਡੀ ਕਰਨ ਵਾਲੇ ਅਕਸਰ ਕਹਿ ਸਕਦੇ ਹਾਂ ਲਾਈਟ ਹਾਰਟਡ ਫਿਲਮਾਂ ਲੈ ਕੇ ਆਉਣ ਵਾਲੇ ਤੁਹਾਨੂੰ ਸੋਚਣ ਤੇ ਮਜਬੂਰ ਵੀ ਕਰਨਗੇ ਤੇ ਨਾਲ ਹੀ ਥ੍ਰਿਲ ਵੀ ਤੁਹਾਡੇ ਵਾਸਤੇ ਪੇਸ਼ ਕਰਨਗੇ ਕੈਮਰਾਮੈਨ ਗਿਰੀਸ਼ ਦੁਰਗਾਪਾਲ ਦੇ ਨਾਲ ਪਵਨੀਤ ਕੌਸ਼ਲ ਸਾਈਨਿੰਗ ਆਫ ਕੀਪ ਵਾਚਿੰਗ ABP ਸਾਂਝਾ ABP ਸਾਂਝਾ जोश जज्बा जुनून